ਕਾਲੀ ਅਤੇ ਸਾਡੂ ਨੇ ਦੁਕਾਨ ਦੇ ਵਿੱਚ ਵੜ ਕੇ ਆਪਣਾ ਜੀਜਾ ਕੁੱਟ ਦਿੱਤਾ ਹੈ ਤੇ ਭੈਣ ਤੇ ਵੀ ਹੱਥ ਚੁੱਕਿਆ। ਇਸ ਕੁੱਟਮਾਰ ਦੀ ਸਾਰੀ ਵੀਡੀਓ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਦੋਵੇਂ ਪਤੀ ਪਤਨੀ ਦੁਕਾਨ 'ਚ ਬੈਠੇ ਹੁੰਦੇ ਨੇ। ਇੰਨੇ ਦੇ ਵਿੱਚ ਹੀ ਇਹਨਾਂ ਦੀ ਸਾਲੀ ਅਤੇ ਸਾਡੂ ਆਉਂਦੇ ਨੇ ਤੇ ਆਉਂਦੇ ਸਾਰ ਹੀ ਪਹਿਲਾਂ ਬਹਿਸ ਕਰਨੀ ਸ਼ੁਰੂ ਕਰਦੇ ਨੇ। ਉਸ ਤੋਂ ਬਾਅਦ ਬਹਿਸ ਕੁੱਟਮਾਰ ਦੇ ਵਿੱਚ ਬਦਲ ਜਾਂਦੀ ਹੈ ਤੇ ਆਲੇ ਦੁਆਲੇ ਦਾ ਸਮਾਨ ਇੱਕ ਦੂਜੇ ਤੇ ਸੁੱਟਿਆ ਜਾਂਦਾ ਹੈ, ਇੱਕ ਦੂਜੇ ਨੂੰ ਥੱਪੜ ਮਾਰੇ ਜਾਂਦੇ ਨੇ, ਘਸੂਨ ਮੁੱਕੇ ਚੱਲਦੇ ਨੇ ਤੇ ਦੁਕਾਨ ਨੂੰ ਵੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਇਹ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਦੂਜੇ ਦੀ ਇਹ ਦੋਵੇਂ ਧਿਰਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਮੌਕੇ ਤੇ ਲੋਕ ਵੀ ਪਹੁੰਚ ਜਾਂਦੇ ਨੇ, ਇਹਨਾਂ ਦੀ ਲੜਾਈ ਛੁਡਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਦੋਵੇਂ ਇੱਕ ਦੂਜੇ ਨੂੰ ਕੁੱਟਣੋਂ ਨਹੀਂ ਹਟਦੇ। ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਆਪਸੀ ਰੰਜਿਸ਼ ਦੇ ਚੱਲਦੇ ਦੁਕਾਨ ਤੇ ਬੈਠੇ ਦੀ ਇਹਨਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਇਸ ਸੰਬੰਧ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਕੈਮਰੇ ਦੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ। ਇਹ ਰਾਤੀ 7:50 ਦਾ ਮਾਮਲਾ ਜੀ। 7:50 ਤੋਂ ਲੈ ਕੇ 8:15 ਵਜੇ ਤੱਕ ਇੱਥੇ ਆਏ ਜੀ। ਗੱਡੀ ਵਿੱਚ 3 ਬੰਦੇ ਉਤਰੇ ਨੇ ਜੀ, ਜੋ ਕਿ ਇਹਦੀ ਰਿਲੇਟਿਵ ਲੱਗਦੇ ਨੇ। ਇਹਨਾਂ ਦੀ ਸਿਸਟਰ ਹੈਗੀ ਹੈ, ਮੇਰੀ ਵਾਈਫ ਦੀ ਸਿਸਟਰ ਨੇ, ਅਤੇ ਇੱਕ ਇਹਨਾਂ ਦੀ ਜੀਜਾ ਹੈ, ਅਤੇ ਇੱਕ ਇਹਨਾਂ ਦੀ ਬੇਟੀ ਹੈਗੀ, ਉਹਨਾਂ ਦੀ ਬੇਟੀ ਹੈਗੀ ਹੈ। ਅਤੇ ਉਹ ਜੀ ਇੱਕੋ ਦਮ ਆਉਂਦੇ ਸਾਰ ਸਾਨੂੰ ਕੋਈ ਗੱਲ ਨਹੀਂ ਪੁੱਛੀ, ਬਾਅਦ ਨਹੀਂ ਪੁੱਛੀ ਸਾਨੂੰ, ਸਾਰ ਸਿੱਧਾ ਆਉਂਦੇ ਸਾਰੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸਾਨੂੰ। ਕਹਿੰਦੇ ਤੁਹਾਡਾ ਕੀ ਕਹਿੰਦੇ ਹਾਲ ਬੁਰਾ ਕਰਨਾ, ਤੁਹਾਨੂੰ ਜਾਨੋਂ ਖਤਮ ਕਰਨਾ ਹੈਗਾ ਜੀ। ਪਤਾ ਹੀ ਨਹੀਂ ਸਾਨੂੰ ਜੀ ਕਿਸੇ ਗੱਲ ਦੇ ਬਾਰੇ, ਕੁਛ ਜਾਣਕਾਰੀ ਨਹੀਂ ਹੈਗੀ ਜੀ। ਅਸੀਂ ਪ੍ਰਾਪਰਟੀ ਡਿਸਪਿਊਟ 1 ਸਾਲ ਪਹਿਲੇ ਸੀਗਾ ਜੀ, ਉਹ ਤਾਂ ਕਲੀਅਰ ਹੋ ਚੁੱਕਾ ਹੈ ਜੀ। ਸਾਡੇ ਕੋਲ ਬਕਾਇਦਾ ਡਾਕੂਮੈਂਟ ਹੈਗੇ ਹੈ, ਸਾਡੇ ਕੋਲ ਕਮਿਸ਼ਨਰ ਸਾਹਿਬ ਦੇ ਬਕਾਇਦਾ ਇਹਨਾਂ ਨੇ ਰਿਪੋਰਟ ਕੀਤੀ ਸੀ, ਉਹਦੇ ਵਿੱਚ ਸਾਰਾ ਕੁਛ ਕੀਤਾ ਸੀ ਇਹਨਾਂ ਨੇ, ਠੀਕ ਹੈ ਜੀ, ਜਿਹਦੇ ਅਸੀਂ ਲਿਖਤੀ ਰੂਪ ਵਿੱਚ ਸਾਰੇ ਸਬੂਤ ਪੇਸ਼ ਕਰਕੇ ਆਪਣੇ ਅਸੀਂ ਕਲੀਅਰ ਕੀਤੇ ਸੀ ਸਾਹਿਬ। ਇੱਕ ਸਾਲ ਹੋ ਗਿਆ, 1.5 ਸਾਲ ਹੋਣ ਨੂੰ ਆਇਆ ਜੀ, ਸਾਡੀ ਕੋਈ ਗੱਲਬਾਤ ਨਹੀਂ, ਕਿਤੇ ਆਉਣ ਨਹੀਂ, ਇਹਨਾਂ ਦੇ ਘਰ ਜਾਣ ਨਹੀਂ ਹੈਗਾ ਜੀ। ਅਸੀਂ ਚੁੱਪ ਕਰਕੇ, ਮੈਂ ਆਪਣੇ ਕੰਮ ਤੋਂ ਆ ਕੇ ਬੈਠਾ ਸੀਗਾ ਜੀ, ਮੈਂ ਆ ਕੇ ਉੱਥੇ ਬੈਠਾ ਗਿਆ ਜੀ, ਕੱਪੜੇ ਲਾ ਕੇ ਕੀ ਕਹਿੰਦੇ ਆਪਣੇ ਰਿਲੀਜ਼ ਕੀਤੇ ਨੇ ਜੀ, ਆ ਕੇ ਇੱਕੋਦਮ ਗੱਡੀ 'ਚ ਆ ਗਏ ਨੇ, 3 ਜਾਣੇ ਉਤਰੇ ਨੇ, ਸਾਨੂੰ ਗਾਲਾਂ ਕੱਢਦੇ ਹੋਏ, ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਹੋਏ ਕੁੱਟਣਾ ਸ਼ੁਰੂ ਕਰ ਦਿੱਤਾ ਜੀ। ਅਸੀਂ ਆਪਣਾ ਬਚਾਅ ਕਰਦੇ ਹੋਏ, ਬੇਟੀ ਹੈਗੀ ਤਮੰਨਾ ਕਪੂਰ ਜੀ, ਜਿਹੜੇ ਭਾਈ ਸਾਹਿਬ ਨੇ ਸ਼ਾਇਦ ਸਾਨੂੰ ਆ ਕੇ ਕੁੱਟਮਾਰ ਕਰ ਰਹੇ, ਹਾਂਜੀ ਸਕੇ ਸਾਂਡੂ ਤੇ ਸਕੇ ਸਾਲੀ ਹੈ ਜੀ ਮੇਰੀ, ਤੇ ਉਹਦਾ ਨਾਮ ਸਮੀਰ ਕਪੂਰ ਹੈ ਜੀ। ਬੇਨਾ ਅਸੀਂ ਪੁੱਛਦੇ ਰਹੇ ਭਾਈ ਜੀ ਸਾਡੀ ਗਲਤੀ ਕੀ ਹੈ, ਸਾਨੂੰ ਦੱਸ ਦਿਓ, ਸਾਡੀ ਕੋਈ ਗਲਤ ਕਸੂਰ ਨਹੀਂ ਦੱਸਿਆ ਸਾਨੂੰ, ਆ ਕੇ ਜਾਨੋਂ ਗਲਾ ਘੋਟਿਆ ਗਿਆ ਸਾਡਾ 3 ਵਾਰੀ ਜੀ, ਜਾਨੋਂ ਅਗਰ ਮੇਰੀ ਵਾਈਫ ਵਿੱਚ ਨਾ ਆਉਂਦੀ ਸ਼ਾਇਦ ਮੈਂ ਤੁਹਾਡੇ ਅੱਗੇ ਨਾ ਖੜਾ ਨਾ ਹੁੰਦਾ ਸਾਹਿਬ। ਹੁਣ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ? ਅਸੀਂ MLR ਸਿਵਲ ਹਸਪਤਾਲ ਵਿੱਚ ਪਰਚਾ ਕਟਾ ਕੇ ਆਏ ਹਾਂ ਜੀ, ਅਤੇ ਥਾਣੇ ਦਰਖਾਸਤ ਵੀ ਦੇ ਚੁੱਕੇ ਹਾਂ ਜੀ, ਕਿ ਅਸੀਂ ਇਹੀ ਕਿਹਾ ਜੀ ਕਿ ਜੋ ਬਣਦੀ ਕਾਰਵਾਈ ਹੈ ਸਾਨੂੰ ਇਨਸਾਫ ਦਿੱਤਾ ਜਾਵੇ, ਸਾਨੂੰ ਹੋਰ ਕੁਛ ਨਹੀਂ ਮਤਲਬ ਹੈਗਾ ਜੀ। ਸੀਸੀਟੀਵੀ 'ਚ ਕੈਦ ਹੋ ਗਈ ਘਟਨਾ? ਸਾਡੇ ਕੋਲ ਸੀਸੀਟੀਵੀ 'ਚ ਕੈਦ ਹੈ ਜੀ, ਅਸੀਂ ਬਕਾਇਦਾ ਉਹਦੀ ਫੋਟੋ ਕਾਪੀ ਉਹਦੀ ਰਿਕਾਰਡਿੰਗ ਉਹਨਾਂ ਨੂੰ ਦੇ ਚੁੱਕੇ ਹਾਂ ਜੀ। ਪੁਲਿਸ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ? ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਜਦੋਂ ਕਿ ਅਸੀਂ ਫੋਨ ਥਾਣੇ 'ਤੇ ਕੀਤਾ ਗਿਆ ਤੇ ਸਾਡੇ ਕੋਲ ਘੱਟੋ ਘੱਟ ਨਹੀਂ 1.5 ਘੰਟੇ ਬਾਅਦ ਲੱਗਦਾ ਜੀ ਸਾਹਮਣੇ ਥਾਣਾ ਤੁਹਾਡੇ, ਸਾਡੇ 10 ਘੰਟੇ 10 ਮਿੰਟ ਦਾ 10 ਕਦਮ ਦਾ ਰਸਤਾ ਹੈਗਾ ਸਾਹਿਬ,
ਜੇ 10 ਕਦਮ ਦੇ ਵਿੱਚ ਪੌਣਾ ਘੰਟਾ ਲੱਗੂਗਾ ਤੇ ਇੱਥੇ ਆਮ ਜਨਤਾ ਦਾ ਕੀ ਹਾਲ ਹੋਊਗਾ ਸਾਹਿਬ? ਅਸੀਂ ਤਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਜੀ, ਅਸੀਂ ਬਿਲਕੁਲ ਇਨਸਾਫ ਚਾਹੁੰਦੇ ਹਾਂ ਜੀ, ਸਾਡੇ ਨਾਲ ਪੂਰਾ ਇਨਸਾਫ ਹੋਵੇ, ਜੋ ਉਹਨਾਂ 'ਤੇ ਬਣਦੀ ਕਾਰਵਾਈ ਉਹ ਕੀਤੀ ਜਾਵੇ ਜੀ ਸਾਹਿਬ। ਅਸੀਂ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਜੀ, ਅਸੀਂ ਤਾਂ ਮਤਲਬ ਸਾਥੀ ਬੰਦੇ ਹਾਂ ਜੀ, ਮਹਾਜਨ ਬੰਦੇ ਜੀ। ਇੱਕ ਰਾਤ ਦੀ ਸੀਸੀਟੀਵੀ ਵਾਇਰਲ ਹੋ ਗਿਆ ਦੁਕਾਨ ਦੇ ਵਿੱਚ ਰਾਤ, ਜਿਹੜੀ ਰਾਤ ਨੂੰ ਕੋਈ ਮਾਮਲਾ ਸਾਨੂੰ ਪਤਾ ਹੀ ਨਹੀਂ ਲੱਗਿਆ ਜੀ। ਰਾਤੀ ਅਸੀਂ ਬੈਠੇ ਸੀ, ਪਹਿਲਾਂ ਨੇ ਮੇਰੇ ਫੋਨ 'ਤੇ ਫੋਨ ਕੀਤਾ, ਮੇਰੀ ਸਿਸਟਰ ਨੇ ਫੋਨ ਕਰਕੇ ਪਹਿਲਾਂ ਮੈਨੂੰ ਧਮਕੀਆਂ ਦਿੱਤੀਆਂ, ਮੈਂ ਫੋਨ ਬੰਦ ਕਰਤਾ, ਬਲੋਕ ਲਿਸਟ ਪਾਤਾ। ਉਸ ਤੋਂ ਬਾਅਦ 5 ਮਿੰਟ ਬਾਅਦ ਹੀ ਸਾਡੀ ਦੁਕਾਨ 'ਤੇ ਆ ਗਏ। ਦੁਕਾਨ 'ਤੇ ਆਉਂਦੇ ਸਾਰ ਹੀ ਇਹਨਾਂ ਨੇ ਕਿਹਾ ਤੁਹਾਨੂੰ ਜਾਨ ਤੋਂ ਮਾਰ ਦਾਂਗੇ, ਤੇਰੇ ਪਤੀ ਨੂੰ ਅੱਜ ਜਾਨ ਤੋਂ ਮਾਰ ਕੇ ਅਸੀਂ ਜਾਣਾ ਵੈ, ਅੱਜ ਅਸੀਂ ਤੈਨੂੰ ਨਹੀਂ ਛੱਡਣਾ ਤੇਰੇ ਘਰ ਵਾਲੇ ਨੂੰ। ਮੈਂ ਇਹਨੂੰ ਕਿਹਾ ਗੱਲ ਕੀ ਹੋਈ ਹੈ, ਨਾਲ ਹੀ ਆਉਂਦੇ ਸਾਰ ਇਹਨਾਂ ਨੇ ਹੱਥੋਂ ਪਾਈ ਸ਼ੁਰੂ ਕਰਤੀ। ਜੇ ਅੱਜ ਸ਼ਾਇਦ ਮੈਂ ਨਾ ਅੱਗੇ ਬਚਾਅ ਕਰਦੀ ਤਾਂ ਮੇਰੇ ਆਦਮੀ ਨੂੰ ਮਾਰ ਹੀ ਦਿੰਦੇ। ਮੇਰੀ ਮਾਤਾ ਨੂੰ ਮਰੇ ਨੂੰ 4 ਸਾਲ ਹੋ ਗਏ ਆ, ਇਹ ਸਾਨੂੰ ਜੀਣਾ ਇਹਨਾਂ ਨੇ ਸਾਡਾ ਹਰਾਮ ਕੀਤਾ ਹੋਇਆ ਵੈ। ਮੇਰੇ ਉੱਪਰ ਭੈਣ ਭਰਾ ਦੋਨਾਂ ਨੇ ਮੇਰਾ ਜੀਣਾ ਹਰਾਮ ਕੀਤਾ, ਮੇਰੀ ਭੈਣ ਭਰਾ ਫਿਰ ਵੀ ਘੱਟ ਗਿਆ, ਭੈਣ ਰੋ ਜਾ ਕੇ ਸਾਡਾ ਜੀਣਾ ਹਰਾਮ ਕਰਦੀ ਹੈ। ਵਜ੍ਹਾ ਕੀ ਹੈ ਜੀ? ਕੋਈ ਵਜ੍ਹਾ ਕੋਈ ਵੀ ਨਹੀਂ, ਪ੍ਰੋਪਰਟੀ ਪਾਪਾ ਤਿੰਨਾਂ ਨੂੰ ਬਰਾਬਰ ਦੇ ਗਏ ਹੋਏ ਆ, ਕਿਸੇ ਦੀ ਪ੍ਰੋਪਰਟੀ ਦਾ ਰੌਲਾ ਨਹੀਂ, ਕੋਈ ਪ੍ਰੋਪਰਟੀ ਦਾ ਹੀ ਰੌਲਾ ਨਹੀਂ, ਕੋਈ ਰੌਲਾ ਨਹੀਂ ਹੈ, ਪ੍ਰੋਪਰਟੀ ਤਿੰਨਾਂ ਨੂੰ ਸਾਨੂੰ ਦੇ ਕੇ ਗਏ ਆ, ਇਹ ਪ੍ਰੋਪਰਟੀ ਮੈਨੂੰ ਦੇ ਗਏ ਆ। ਮਾਰਕੋਟ ਜਿਹੜੀ ਆ ਦੁਕਾਨ ਬਸ ਆਉਂਦੇ ਸਾਰੀ ਬਸ ਮਾਰਨਾ ਸ਼ੁਰੂ ਹੋ ਗਏ ਸਾਨੂੰ, ਸਮਾਨ ਵੀ ਖਰਾਬ, ਹਾਂਜੀ ਸਾਰਾ ਸਮਾਨ ਤੋੜ ਗਏ, ਸਾਡੇ ਕੁੱਕਰ ਸਾਰੇ ਤੋੜ ਗਏ, ਬਾਹਰੋਂ ਸਮਾਨ ਚੱਕ ਚੱਕ ਕੇ ਸਾਨੂੰ ਮਾਰਿਆ। ਬਸ ਇਹੀ ਕਹਿੰਦੀ ਮੈਂ ਪਤੀ ਨੂੰ ਹੀ ਮਾਰਨਾ, ਤੇਰੇ ਪਤੀ ਨੂੰ ਛੱਡਣਾ ਨਹੀਂ ਹੈ, ਤੈਨੂੰ ਕੱਲੀ ਛੱਡ ਦੇਣਾ। ਸਿਰਫ ਅਸੀਂ 2 ਮੀਆਂ ਬੀਬੀ, ਮੇਰੇ ਬੱਚੇ ਦੋਨੇ ਬੱਚੇ ਮੇਰੇ ਇੰਨੇ ਡਰ ਗਏ, ਨਹੀਂ ਪ੍ਰੋਪਰਟੀ ਦੀ ਕੋਈ ਗੱਲ ਨਹੀਂ ਹੈਗੀ ਬਈਆ, ਕੋਈ ਗੱਲ ਨਹੀਂ, ਅਸੀਂ ਦੋਨੇ ਜ਼ਖਮੀ ਹੋਇਆ, ਬਚਾਅ ਕਰਦੇ ਵਿੱਚ ਕੋਈ ਹੋਰ ਨਹੀਂ ਸੀਗਾ, ਬਾਜ਼ਾਰ ਵਾਲੇ ਵੀ ਆ ਗਏ ਬਚਾਅ ਕਰਨ ਲਈ, ਲੇਕਿਨ ਫਿਰ ਵੀ ਆਪਣਾ ਮਾਰਦੇ ਬਾਹਰੋਂ ਧਮਕੀਆਂ ਦਿੰਦੇ ਸਾਨੂੰ, ਚਲੇ ਗਏ ਉਹ ਦਿਨੇ ਹੀ ਸੀ, ਇੱਕ ਮੈਂ ਹਸਬੈਂਡ ਵਾਈਫ ਤੇ ਉਹਦੀ ਬੇਟੀ ਸੀਗੇ, ਮੈਨੂੰ ਇਹਨਾਂ ਤੋਂ ਜਾਣ ਦਾ ਬਹੁਤ ਖਤਰਾ, ਕੱਲ੍ਹ ਮੇਰੇ ਪਤੀ ਨੂੰ ਕੁਛ ਵੀ ਕਰ ਸਕਦੇ ਆ। ਦਿੱਤੀ ਹੈ ਜੀ ਰਾਤ ਦੀ, ਅਸੀਂ ਦੇ ਆਏ ਹਾਂ, LMR ਵੀ ਕਰਾਏ ਹਾਂ, ਲੇਕਿਨ ਸਾਡੀ ਹਲੇ ਕੋਈ ਸੁਣਵਾਈ ਨਹੀਂ, ਕੋਈ ਫੋਨ ਨਹੀਂ ਆਇਆ, ਅਸੀਂ ਇਹਨਾਂ ਤੋਂ ਬਹੁਤ ਦੁਖੀ ਹਾਂ, ਇਹ ਸਾਨੂੰ ਜਾਣ ਤੋਂ ਵੀ ਮਾਰ ਸਕਦੇ ਆ, ਅਸੀਂ ਮੰਗ ਕਰਦੇ ਇਹਨਾਂ ਦੀ ਕਾਰਵਾਈ ਕੀਤੀ ਜਾਵੇ, ਇਹਨਾਂ ਦੇ ਕੋਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਪਤਾ ਲੱਗੇ ਕਿਸੇ ਨੂੰ ਕਿੱਦਾਂ ਮਾਰੀਦਾ ਹੁੰਦਾ ਵਾ। ਸੀਸੀਟੀਵੀ ਲੱਗੇ? ਹਾਂਜੀ ਸਾਡੇ ਲੱਗੇ ਹੋਏ। ਤੁਹਾਡੀ ਦੁਕਾਨ ਦੇ ਵਿੱਚ ਆ ਕੇ ਹਮਲਾ ਕੀਤਾ? ਹਾਂਜੀ ਹਾਂਜੀ, ਇਹਨਾਂ ਨੇ ਹਮਲਾ ਕੀਤਾ, ਇਹਨਾਂ ਨੇ ਪੂਰੀ ਪਲੈਨਿੰਗ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸਾਨੂੰ ਕਿ ਅਸੀਂ ਮਾਰ ਹੀ ਦੇਣਾ ਤੁਹਾਨੂੰ, ਜੇ ਮੈਂ ਵਿੱਚ ਨਾ ਆਉਂਦੀ ਚੱਲ ਮਾਰ ਹੀ ਦਿੰਦੇ ਮੇਰੇ ਪਤੀ ਨੂੰ। ਨਹੀਂ ਕੋਈ ਰੰਜੀ ਸਾਡੇ ਨਾਲ ਨਹੀਂ, ਕੋਈ ਗੱਲ ਹੀ ਨਹੀਂ। 5 ਸਾਲ ਹੋ ਗਏ ਮੇਰੀ ਮੰਮੀ ਮਰੀ ਨੂੰ, ਮੇਰੀ ਮੰਮੀ ਮਦਰ ਵੀ ਮੇਰੇ ਕੋਈ ਰਹਿ ਰਹੇ ਸੀਗੇ, ਲੇਕਿਨ ਇਹਨਾਂ ਨੇ ਕਦੀ ਮਦਰ ਨੂੰ ਵੀ ਨਹੀਂ ਪੁੱਛਿਆ। ਬਾਰ ਬਾਰ ਸਾਨੂੰ ਆ ਕੇ ਨਾ ਟੋਰਚਰ ਕਰਦੇ ਆ ਸਾਨੂੰ ਮੀਆਂ ਬੀਬੀ ਨੂੰ, ਬਸ ਇਹੀ ਕਹਿੰਦੇ ਤੇਰੇ ਪਤੀ ਨੂੰ ਮਾਰ ਦੇਣਾ, ਤੈਨੂੰ ਕੱਲੀ ਛੱਡ ਦੇਣਾ ਅਸੀਂ।